ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਪਿੰਡ ਭੁਮੱਦੀ ਦੀ ਸੰਗਤਾਂ ਨੂੰ, ਇਲਾਕੇ ਦੀ ਸੰਗਤਾਂ ਨੂੰ ਨਾਲ ਲੈ ਕੇ ਗੁਰੂ ਤੇਗ ਬਹਾਦਰ ਮਹਾਰਾਜ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਸਥਾਨਾਂ ਦੇ ਨਾਭੇ ਤੋਂ ਲੈ ਕੇ ਸੰਗਰੂਰ ਤੱਕ ਗੁਰੂ ਘਰਾਂ ਦੇ ਦਰਸ਼ਨ ਕਰਵਾ ਰਹੇ ਨੇ ਸ਼ਾਸਤਰਾਂ ਅਤੇ ਵਸਤਰਾਂ ਦੇ ਨਾਲ। ਇਸ ਸਥਾਨ 'ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਚੌਥੀ ਉਦਾਸੀ ਕਰਕੇ ਇਸ ਸਥਾਨ 'ਤੇ ਆਏ ਅਤੇ ਭਾਈ ਮਰਦਾਨਾ ਅਤੇ ਉਹਨਾਂ ਦੇ ਨਾਲ ਸੀ, ਤਾਂ ਕਲ ਯੁੱਗ ਹਨੇਰੀ ਲੈ ਕੇ ਅਤੇ ਬਹੁਤ ਜ਼ਿਆਦਾ ਹਨੇਰੀ ਲੈ ਕੇ ਆਇਆ ਅਤੇ ਤੂਫਾਨ ਲੈ ਕੇ ਆਇਆ, ਅੱਗ ਲੈ ਕੇ ਆਇਆ, ਅਤੇ ਮਹਾਰਾਜ ਜੀ ਨਾ ਡਰੇ ਤਾਂ ਮਰਦਾਨਾ ਡਰ ਗਿਆ। ਮਰਦਾਨਾ ਭਾਈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਮਗਰ ਲੁੱਕ ਕੇ ਬੈਠ ਗਿਆ, ਤਾਂ ਸ੍ਰੀ ਗੁਰੂ ਨਾਨਕ ਮਹਾਰਾਜ ਨੇ ਉਹਨਾਂ ਨੂੰ ਕਿਹਾ ਕਿ ਭਾਈ ਮਰਦਾਨਾ ਡਰਨਾ, ਜਪ ਕਰ। ਜਦੋਂ ਜਪ ਕਰਨ ਲੱਗਿਆ ਤਾਂ ਕਲਯੁੱਗ ਨੇ ਆਪਦਾ ਇੱਕ ਨੰਗਾ ਰੂਪ ਲੈ ਕੇ ਅਤੇ ਇੱਕ ਹੱਥ ਦੇ ਵਿੱਚ ਜੀਭ ਫੜੀ ਹੋਈ ਅਤੇ ਇੱਕ ਹੱਥ ਵਿੱਚ ਉਹਦੀ ਇੰਦਰੀ ਫੜੀ ਹੋਈ ਅਤੇ ਧਰਤੀ ਤੋਂ ਲੈ ਕੇ ਆਕਾਸ਼ ਜੱਡਾ ਰੂਪ ਲੈ ਕੇ ਗੁਰੂ ਨਾਨਕ ਦੇਵ ਮਹਾਰਾਜ ਦੇ ਸਾਹਮਣੇ ਆ ਗਏ ਕਿ ਹੁਣ ਤਾਂ ਡਰੂਗਾ। ਪਰ ਮਹਾਰਾਜ ਫਿਰ ਵੀ ਨਾ ਡਰੇ। ਅਖੀਰ ਨੂੰ ਕਲਯੁੱਗ ਨੂੰ ਮਹਾਰਾਜ ਦੇ ਪੈਰੀ ਡਿੱਗਣਾ ਪੈ ਗਿਆ ਅਤੇ ਕਲਯੁੱਗ ਨਾਲ ਮਹਾਰਾਜ ਦੇ ਗੱਲਾਂ ਬਾਤਾਂ ਹੋਈਆਂ ਤਾਂ ਕਲਯੁੱਗ ਨੇ ਕਿਹਾ ਕਿ ਮੇਰਾ ਜਿਹੜਾ ਸਭ ਤੋਂ ਵੱਡਾ ਯੋਧਾ ਝੂਠ ਆ, ਜਿਹੜਾ ਝੂਠ 'ਤੇ ਕਾਬੂ ਕਰ ਗਿਆ ਉਹ ਅੱਧਾ ਰੱਬ ਪ੍ਰਾਪਤ ਕਰ ਗਿਆ, ਬਾਕੀ ਹੰਕਾਰ ਮੋਹ ਲੋਭ ਮੋਹ ਜੋ ਵੀ ਕੁਛ ਹੈ ਉਹ ਮੇਰੀ ਸੈਨਾ ਵਾ। ਤਾਂ ਮਹਾਰਾਜ ਤੋਂ ਅੱਗੇ ਲੈਣ ਕਰਕੇ ਕਹਿੰਦਾ ਮੈਨੂੰ ਦੇਗ ਚਾਹੀਦੀ ਆ ਗੁਰੂ ਘਰ ਦੀ। ਮਹਾਰਾਜ ਕਹਿੰਦੇ ਵੀ ਤੁਹਾਨੂੰ ਦੇਗ ਨਹੀਂ ਮਿਲਣੀ, ਪਰ ਉਹ ਚਰਨੀ ਨਾ ਛੱਡੇ ਗੁਰੂ ਨਾਨਕ ਮਹਾਰਾਜ ਦੇ ਕਲਯੁੱਗ ਨੇ, ਤਾਂ ਮਹਾਰਾਜ ਨੂੰ ਦੇਗ ਦੇਣੀ ਪੈ ਗਈ ਵੀ ਤੂੰ ਉਨ੍ਹਾਂ ਚਿਰ ਜਿੰਨਾ ਚਿਰ ਜਿੱਥੇ ਗੁਰਬਾਣੀ ਦਾ ਨਿਤਨੇਮ ਹੁੰਦਾ ਹੋਊਗਾ ਉਨ੍ਹਾਂ ਚਿਰ ਤੂੰ ਜੁੱਤੀਆਂ 'ਚ ਬੈਠੇਗਾ, ਜੋ ਅੰਦਰ ਨਹੀਂ ਬਣੇਗਾ। ਜਿੱਥੇ ਨਿਤਨੇਮ ਹੁੰਦਾ ਹੋਊਗਾ ਭੋਗ ਪੈਣ ਤੋਂ ਬਾਅਦ ਉਸ ਸਥਾਨ 'ਤੇ 7 ਕਿਲੋਮੀਟਰ ਦੇ ਆਲੇ ਦੁਆਲੇ ਨਹੀਂ ਜਾਵੇਗਾ। ਜਦੋਂ ਨਿਤਨੇਮ ਬਾਣੀ ਦਾ ਭੋਗ ਪਊਗਾ ਤਾਂ ਉਸ ਤੋਂ ਬਾਅਦ ਤੂੰ ਅੰਦਰ ਬਣੇਗਾ। ਜਦੋਂ ਭੋਗ ਪੈ ਜਾਂਦਾ ਜੀ ਆਪਾਂ ਬੋਲਣ ਹੀ ਲੱਗ ਜਾਂਦੇ ਜੀ, ਉਸ ਟਾਈਮ ਕਲਯੁੱਗ ਅੰਦਰ ਪੈਰ ਧਰ ਲੈਂਦਾ ਅਤੇ ਦੇਗ ਕਦੋਂ ਮਿਲਦੀ ਆ, ਜਦੋਂ ਆਪਾਂ ਬਾਹਰ ਖੜ੍ਹੇ ਆ ਜਿਹੜੇ ਦਰਬਾਰ ਸਾਹਿਬ ਤੋਂ, ਉਸ ਟਾਈਮ ਧਰਮਸ਼ਾਲਾ ਹੁੰਦੀਆਂ, ਗੁਰਦੁਆਰੇ ਨਹੀਂ ਤੇ ਹੁੰਦੇ, ਉਦੋਂ ਧਰਮਸ਼ਾਲਾ ਤੋਂ ਜਿਹੜਾ ਬੰਦਾ ਬਾਹਰ ਖੜ੍ਹਦਾ ਅਤੇ ਜੁੱਤੀ ਪਾ ਕੇ 15 ਤੋਂ 30 ਬੰਦੇ ਇਹੋ ਜਿਹੇ ਹੁੰਦੇ ਆ ਜਿਹੜਾ ਦੇਗ ਲੈ ਰਿਹਾ, ਉਹ ਦੇਗ ਕਲਯੁੱਗ ਦੇ ਢਿੱਡ 'ਚ ਜਾਂਦੀ, ਆਪਣੇ ਢਿੱਡ 'ਚ ਨਹੀਂ ਜਾਂਦੀ ਹੈਗੀ। ਇਸ ਤੋਂ ਬਿਹਤਰ ਆ ਵੀ ਆਪਾਂ ਦੇਗ ਲਾਈ ਨਾ ਜਾਂ ਆਪਣੇ ਢਿੱਡ 'ਚ ਨਹੀਂ ਜਾਣੀ। ਦੂਜੀ ਗੱਲ ਆ ਵੀ ਗੁਰਦੁਆਰੇ ਦੇ ਪ੍ਰਧਾਨ ਨੂੰ ਜਾਂ ਗ੍ਰੰਥੀ ਜਿਹੜਾ ਦੇਗ ਦੇ ਰਿਹਾ ਉਹਨੂੰ ਦੇਣੀ ਨਹੀਂ ਚਾਹੀਦੀ ਜਿਹਦੇ ਜੁੱਤੀ ਪਾਈ ਹੋਈ ਆ। ਉਦੋਂ ਫਿਰ ਮਹਾਰਾਜ ਨੇ ਕਿਹਾ ਕਿ ਇਦੋਂ ਬੇਅਦ ਵੀ ਹਰੇਕ ਆਪਣੇ ਸਾਲਾਂ 'ਚ ਹੁੰਦੀ ਰਹੂਗੀ ਸੰਸਕਾਰ 'ਤੇ। ਉੱਥੇ ਜੇ 200 ਬੰਦਾ ਜਾਂਦਾ ਨਾ, 5 ਬੰਦੇ ਜੁੱਤੀ ਖੋਲਦੇ ਆ ਜੀ, ਬਾਕੀ ਗੁਰਬਾਣੀ ਜਿਹੜਾ ਅਰਦਾਸ ਕਰਦੇ ਆ ਸਾਰਿਆਂ ਨੂੰ ਜੁੱਤੀ ਪਾਈ ਜਾਂਦੀ, ਸਭ ਤੋਂ ਵੱਡੀ ਬੇਅਦ ਵੀ ਉੱਥੇ ਹੋ ਰਹੀ ਆ। ਅਤੇ ਉਸ ਤੋਂ ਬਾਅਦ ਕਲਯੁੱਗ ਨੇ ਕਿਹਾ ਜੀ ਮੇਰਾ ਤਾਂ ਤੁਹਾਡੇ 'ਤੇ ਪ੍ਰਭਾਵ ਚੱਲਣਾ ਨਹੀਂ ਹੈਗਾ, ਵੀ ਇਸ ਕਰਕੇ ਮੇਰੇ ਕਲਯੁੱਗ ਹੋਣ ਦਾ ਕੀ ਉਹ ਆ। ਤਾਂ ਮਹਾਰਾਜ ਕਹਿੰਦੇ ਚੱਲੂਗਾ ਵੀ ਕਲਯੁੱਗ ਤੂੰ ਆਪਦਾ ਰੂਪ ਐਡਾ ਕੁਛ ਲੈ ਕੇ ਆਇਆ ਤਾਂ ਸਾਰਾ ਕੁਛ ਚੱਲੂਗਾ, ਵੀ ਹੁਣ ਮੈਨੂੰ ਇਹ ਦੱਸ ਤਾਂ ਜੀਵ ਕਾਤੇ ਫੜੀ ਦੀ। ਤਾਂ ਕਲਯੁੱਗ ਨੇ ਕਿਹਾ ਵੀ ਆਉਣ ਵਾਲੇ ਟਾਈਮ 'ਚ ਮੇਰਾ ਆਊਗਾ ਨਾ, ਜਿੱਥੇ ਖਾਣ ਨੂੰ ਮਿਲੂ, ਕੋਈ ਡੇਰਾ ਹੋਵੇ, ਗੁਰਦੁਆਰਾ, ਮੰਦਰ ਹੋਵੇ, ਲੋਕ ਉੱਥੇ ਨੂੰ ਭੱਜਣਗੇ। ਦੂਜਾ ਵੀ ਤਾਂ ਇੰਦਰੀ ਫੜੀ ਆ ਵੀ ਉਹ ਵੀ ਉਹਨਾਂ ਬਾਰੇ ਦੱਸਿਆ ਵੀ ਲੋਕ ਇੰਦਰੀ ਦਾ ਹੀ ਆਪਦਾ ਇਹਦੇ ਇਸ ਪਾਸੇ ਜਾਣਗੇ। ਤਾਂ ਮਹਾਰਾਜ ਨੇ ਕਿਹਾ ਕਿ ਹੁਣ ਵੀ ਤੂੰ ਜਿੱਥੇ ਮੇਰੇ ਸਿੱਖ ਨੇਤਨ ਬਾਣੀ ਦਾ ਪਾਠ ਕਰੂਗਾ ਉਹਦੇ ਤੂੰ ਹਾਵੀ ਨਾ ਹੋਈ, ਬਾਕੀ ਹਰੇਕ 'ਤੇ ਹਾਵੀ ਹੋ ਜਾਈ। ਅਤੇ ਉਸ ਤੋਂ ਬਾਅਦ ਫਿਰ ਕਲਯੁੱਗ ਨੇ ਕਿਹਾ ਕਿ ਤੁਹਾਨੂੰ ਕੀ ਬਣਾਵਾਂ, ਸੋਨੇ ਦੇ ਮੰਦਰ ਬਣਾ ਦੇਵਾਂ, ਗੁਰਦੁਆਰਾ ਬਣਾ ਦੇਵਾਂ, ਘਰ ਬਣਾ ਦੇਵਾਂ, ਪਰੀਆਂ ਦੇ ਦੇਵਾਂ। ਤਾਂ ਮਹਾਰਾਜ ਕਹਿੰਦੇ ਕਲਯੁੱਗ ਅੱਖਾਂ ਮੀਚ। ਜਦੋਂ ਕਲਯੁੱਗ ਦੀਆਂ ਅੱਖਾਂ ਮੀਚੀਆਂ ਤਾਂ ਮਹਾਰਾਜ ਜੀ ਇੰਨੀਆਂ ਜ਼ਿਆਦੀਆਂ ਪਰੀਆਂ ਜੀ ਇਹਨਾਂ ਨੂੰ ਆਪਦੇ ਹੱਥ ਵੀ ਨਹੀਂ ਲਾਉਣ ਦਿੰਦੇ ਸੀ ਅਤੇ ਹੀਰਿਆਂ 'ਤੇ ਬੈਠੇ ਆ। ਅਤੇ ਉਸ ਤੋਂ ਬਾਅਦ ਸ੍ਰੀ ਗੁਰੂ ਤੇਗ ਗੁਰੂ ਹਰਗੋਬਿੰਦ ਮਹਾਰਾਜ ਦੇ ਸਥਾਨ 'ਤੇ ਆਏ, ਇਸ ਕਰੀ ਦੇ ਨਾਲ ਉਹਨਾਂ ਨੇ ਆਪਦਾ ਘੋੜਾ ਬੰਨਿਆ। ਤਾਂ ਕਿਸੇ ਨੇ ਉਹਨਾਂ ਨੂੰ ਕਿਹਾ ਇਹ ਜਗ੍ਹਾ ਮੇਰੀ ਆ, ਤੁਮ ਜਦੋਂ ਮਹਾਰਾਜ ਇੱਥੋਂ ਚੱਲੇ ਗਏ ਉਹਨੇ ਆਪਦਾ ਮਕਾਨ ਬਣਾਇਆ। ਮਕਾਨ ਬਣਾ ਕੇ ਇਹ ਵੱਢ ਕੇ ਆਪਦੇ ਘਰ ਦਾ ਸਮਾਨ ਰੱਖਣ ਲੱਗਿਆ। ਉਸੇ ਟਾਈਮ ਇਹ ਦਰਖਤ 'ਚ ਕਰੀ ਦਾ ਪਾੜ 7 ਪਾੜ ਕਰਕੇ ਬਾਹਰ ਨਿਕਲਿਆ। ਉਸੇ ਟਾਈਮ ਇੱਥੇ ਜੋ ਪ੍ਰਧਾਨ ਸੀਗਾ ਉਹਨੇ ਭਰਤ ਪਾ ਕੇ ਪੌੜੀਆਂ ਲਾ ਤੀਆਂ। ਇਸ ਸਥਾਨ ਦਾ ਜੀ ਇਹ ਇਤਿਹਾਸ ਹੈ ਜੀ। ਵਾਹਿਗੁਰੂ ਜੀ ਖਾਲਸਾ, ਸ੍ਰੀ ਵਾਹਿਗੁਰੂ।